ਯਾਨੀ 10 ਵਰਸ਼ਾਂ ਮੈਂ ਇਹਨੇ ਬੱਚੇ ਪਿਛਲੇ ਕਿੰਨੀ ਦਸ ਯਾਦ ਸਾਲਾਂ ਰੱਖੀ ਤੋਂ ਘੋਗੇ ਫੜ ਰਿਹਾ। ਇਹ ਕੰਮ ਹਰ ਰੋਜ਼ ਸ਼ਾਮ 7 ਤੋਂ ਰਾਤ 9 ਵਜੇ ਤੱਕ ਕਰਦਾ ਹਾਂ। ਆਪਣੇ ਘਰ ਵਿੱਚ ਅਤੇ ਬਾਹਰ ਗਲੀ ਵਿੱਚ ਵੀ ਉਹਨਾਂ ਨੂੰ ਫੜਦਾ ਹਾਂ। ਇਹਦੇ ਵੀਟ ਹੀ ਮਾਤਰ ਹੈ ਪੋਦੂਆਏ ਇਹਦੇ ਰੋਡ ਰੋਡ ਸਾਈਡ ਲਿਓ। ਪਰ ਇਸ ਸਾਲ ਉਹ ਇਹ ਕੰਮ ਇਨਾਮ ਦੇ ਲਈ ਕਰ ਰਹੇ ਹਨ। ਦੱਖਣੀ ਭਾਰਤ ਦੇ ਰਾਜ ਕੇਰਲਾ ਦੇ ਵਿੱਚ ਵਿਸ਼ਾਲ ਅਫਰੀਕੀ ਘੋਗੇ ਇੱਕ ਖਤਰਾ ਬਣ ਗਏ ਹਨ। ਇਸ ਲਈ ਸੰਥਪਨ ਦੀ ਗ੍ਰਾਮ ਸਭਾ ਸਭ ਤੋਂ ਜ਼ਿਆਦਾ ਘੋਗੇ ਫੜਨ ਵਾਲੇ 10 ਕਿਸਾਨਾਂ ਨੂੰ ਲੋਟਰੀ ਦੀਆਂ ਟਿਕਟਾਂ ਦੇਣ ਜਾ ਰਹੀ ਹੈ। ਅਜਿਹੇ 10 ਕਿਸਾਨ ਜੋ ਵੱਧ ਤੋਂ ਵੱਧ ਘੋਗੇ ਫੜਦੇ ਹਨ, ਉਹਨਾਂ ਵਿੱਚੋਂ ਹਰ ਇੱਕ ਨੂੰ ਲਾਟਰੀ ਦੀ ਇੱਕ ਟਿਕਟ ਮਿਲੇਗੀ। ਇਸ ਟਿਕਟ ਰਾਹੀਂ ਉਹਨਾਂ ਵਿੱਚੋਂ ਕੋਈ ਇੱਕ ਕਿਸਾਨ 12 ਕਰੋੜ ਰੁਪਏ ਜਿੱਤ ਸਕਦਾ ਹੈ। ਸੰਥਪਨ ਵਰਗੇ ਕਿਸਾਨਾਂ ਦੇ ਲਈ ਇਹ ਬਹੁਤ ਵੱਡਾ ਇਨਾਮ ਹੈ। ਇਹ ਸਾਡੇ ਖੇਤਾਂ ਅਤੇ ਸਾਡੀ ਆਮਦਨੀ ਨੂੰ ਖਤਮ ਕਰ ਰਹੇ ਨੇ। ਮੈਂ ਸਬਜ਼ੀਆਂ ਨਹੀਂ ਉਗਾ ਸਕਦਾ। ਮੈਂ ਭਿੰਡੀ, ਬੈਂਗਣ, ਪਪੀਤਾ ਅਤੇ ਟਮਾਟਰ ਉਗਾਉਂਦਾ ਹਾਂ, ਪਰ ਇਹ ਸਾਰੀਆਂ ਫਸਲਾਂ ਖਾ ਜਾਂਦੇ ਨੇ। ਵਿਸ਼ਾਲ ਅਫਰੀਕੀ ਘੋਗਿਆਂ ਨੂੰ ਸਭ ਤੋਂ ਹਮਲਾਵਰ ਪ੍ਰਜਾਤੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜੇ ਅਸੀਂ ਦੁਬਾਰਾ ਫਸਲ ਲਗਾਉਂਦੇ ਹਾਂ, ਕੁਝ ਰਾਹਤ ਤਾਂ ਹੁੰਦੀ ਹੈ, ਪਰ ਜਲਦੀ ਹੀ ਵਾਪਸ ਆ ਜਾਂਦੇ ਨੇ। ਸਿਰਫ ਆਪਣੇ ਘਰ ਵਿੱਚ ਹੀ ਘੋਗਿਆਂ ਨੂੰ ਫੜਨਾ ਕਾਫੀ ਨਹੀਂ ਹੈ। ਮੈਂ ਲੋਕਾਂ ਨੂੰ ਕਹਿੰਦਾ ਰਹਿੰਦਾ ਹਾਂ ਕਿ ਹਰੇਕ ਨੂੰ ਉਹਨਾਂ ਨੂੰ ਸੜਕ ਕਿਨਾਰੇ ਅਤੇ ਪੁਰਾਣੇ ਘਰਾਂ ਤੋਂ ਵੀ ਫੜਨਾ ਚਾਹੀਦਾ ਹੈ। ਇਹ 1000 ਅੰਡੇ ਦਿੰਦਾ ਹੈ, ਇਸ ਲਈ ਇਹ ਕਦੇ ਨਾ ਖਤਮ ਹੋਣ ਵਾਲੀ ਚੀਜ਼ ਹੈ। ਇਸ ਲਈ ਕੌਂਸਲ ਲੋਕਾਂ ਨੂੰ ਘੋਗੇ ਫੜਨ ਅਤੇ ਉਹਨਾਂ ਨੂੰ ਨਮਕ ਵਾਲੇ ਪਾਣੀ ਦੇ ਵਿੱਚ ਡੁਬੋ ਕੇ ਮਾਰਨ ਦੇ ਲਈ ਕਹਿ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਇਹ ਘੋਗੇ ਪੌਦਿਆਂ ਦੇ ਵਿੱਚ ਮੌਜੂਦ ਕੈਲਸ਼ੀਅਮ ਨੂੰ ਭੋਜਨ ਵਜੋਂ ਲੈਂਦੇ ਹਨ, ਪਰ ਇਹ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਮਨੁੱਖਾਂ ਦੇ ਵਿੱਚ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਅਸਲ ਵਿੱਚ ਇਹ ਕੈਲਸ਼ੀਅਮ ਦੀ ਆਪਣੀ ਵੱਡੀ ਜ਼ਰੂਰਤ ਲਈ ਸੀਮੈਂਟ ਅਤੇ ਰੇਤ ਖਾਂਦਾ ਹੈ, ਜੋ ਕਿ ਘੁੱਗੇ ਦਾ ਵਿਸ਼ਾਲ ਸ਼ੈੱਲ ਬਣਾਉਣ ਲਈ ਜ਼ਰੂਰੀ ਹੁੰਦਾ ਹੈ। ਖੋਜਕਰਤਾ ਤਕਰੀਬਨ 25 ਸਾਲ ਪਹਿਲਾਂ ਇਹਨਾਂ ਘੋਗਿਆਂ ਨੂੰ ਪਹਿਲੀ ਵਾਰ ਕੇਰਲਾ ਲੈ ਕੇ ਆਏ ਸਨ। ਮਾਹਰਾਂ ਦਾ ਕਹਿਣਾ ਹੈ ਕਿ ਉਹਨਾਂ ਦਾ ਸਹੀ ਤਰੀਕੇ ਦੇ ਨਾਲ ਨਿਪਟਾਰਾ ਨਹੀਂ ਕੀਤਾ ਗਿਆ ਸੀ, ਪਰ ਸੰਕਰਮਣ ਨੂੰ ਰੋਕ ਲਿਆ ਗਿਆ। ਮਾਹਿਰਾਂ ਦੇ ਅਨੁਸਾਰ ਮੌਜੂਦਾ ਸੰਕਰਮਣ ਦਾ ਸਰੋਤ ਵੱਖਰਾ ਹੈ। ਉਹਨਾਂ ਦੇ ਆਉਣ ਦਾ ਰਸਤਾ ਉਹ ਲੱਕੜਾਂ ਹਨ ਜੋ ਮਿਆਂਮਾਰ ਤੋਂ ਆ ਰਹੀਆਂ ਹਨ, ਅਤੇ ਮਿਆਂਮਾਰ ਪੂਰੀ ਤਰ੍ਹਾਂ ਘੋਗਿਆਂ ਨਾਲ ਪ੍ਰਭਾਵਿਤ ਦੇਸ਼ ਹੈ। ਘੋਗਿਆਂ ਤੇ ਨਿਯੰਤਰਣ ਪਾਉਣ ਦੇ ਲਈ ਲੋਟਰੀ ਸਕੀਮ ਸਥਾਨਕ ਅਧਿਕਾਰੀਆਂ ਦੀ ਨਵੀਂ ਕੋਸ਼ਿਸ਼ ਹੈ, ਅਤੇ ਜਦੋਂ ਤੱਕ ਅਜਿਹਾ ਨਹੀਂ ਹੁੰਦਾ, ਸਥਾਪਨ ਵਰਗੇ ਕਿਸਾਨ ਰੋਜ਼ਾਨਾ ਉਹਨਾਂ ਦੀ ਭਾਲ ਜਾਰੀ ਰੱਖਣਗੇ।